ਸਾਨੂੰ 17 ਤਰੀਕ ਤੋਂ ਰੇਲਵੇ ਸਟੇਸ਼ਨ ਸ਼ੰਭੂ ਟਰੈਕ ਬੰਦ ਕਰਕੇ ਬਹਿਣਾ ਪੈ ਗਿਆ। ਅਤੇ ਰੇਲਵੇ ਸਟੇਸ਼ਨ ਦੇ ਉੱਤੇ ਅੱਜ 14 ਦਿਨ ਹੋ ਗਏ ਟਰੈਕ ਦੇ ਉੱਤੇ ਬੈਠਿਆਂ ਨੂੰ, ਜੋ ਅੰਦੋਲਨ ਮੋਰਚਾ ਹੁਣ ਰੇਲਵੇ ਸਟੇਸ਼ਨ 'ਤੇ ਚੱਲ ਰਿਹਾ। ਵੀ ਕੱਲ੍ਹ ਨੂੰ ਅਸੀਂ ਦੱਸ ਦਈਏ ਸਰਕਾਰ ਨੂੰ ਵੀ ਕਿਸਾਨ ਅਤੇ ਮਜ਼ਦੂਰ ਸਾਰੇ ਇਕੱਠੇ ਹੈ ਅਤੇ ਇਕੱਠੇ ਰਹਾਂਗੇ। ਵੀ ਇੰਨਾ ਕੁ ਵੱਡਾ ਅਸੀਂ ਕੱਲ੍ਹ ਨੂੰ 1 ਮਈ ਨੂੰ ਇਕੱਠ ਕਰਕੇ ਦਿਖਾ ਦਈਏ ਸ਼ੰਭੂ ਰੇਲਵੇ ਸਟੇਸ਼ਨ 'ਤੇ, ਵੀ ਸਰਕਾਰ ਨੂੰ ਬਿਪਤਾ ਪੈ ਜੇ ਵੀ ਆਉਣ ਵਾਲੇ ਦਿਨਾਂ 'ਚ ਇਕੱਠ ਵਧੂਗਾ। ਅਤੇ ਮੈਂ ਅਪੀਲ ਕਰਦਾ, ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿੰਨਾ ਵੱਧ ਤੋਂ ਵੱਧ ਹੋ ਸਕੇ ਤੁਸੀਂ ਰੇਲਵੇ ਸਟੇਸ਼ਨ ਸ਼ੰਭੂ ਕੱਲ੍ਹ ਨੂੰ 1 ਮਈ ਨੂੰ ਮਜ਼ਦੂਰ ਦਿਵਸ 'ਤੇ ਸਵੇਰੇ 10 ਵਜੇ ਨੂੰ ਪਹੁੰਚੋ। ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ ਜੋ ਮੋਰਚਾ 13 ਤਰੀਕ ਤੋਂ 13 ਫਰਵਰੀ ਤੋਂ ਸ਼ੰਭੂ ਚੱਲਿਆ ਹੋਇਆ, ਜਿਹੜੀ ਦਿੱਲੀ ਕੁਝ ਦੀ ਸਾਡੀ ਕਾਲ ਸੀਗੀ ਉਹਦੇ ਤਹਿਤ, ਉਹਦੇ ਵਿੱਚ ਵੱਖ ਵੱਖ ਸਮੇਂ 'ਤੇ ਜੋ ਇਹ ਮੋਰਚਾ ਚੱਲਦੇ ਹੋਏ, ਜਿੱਦਾਂ ਮਹਿਲਾ ਦਿਵਸ ਆਇਆ, ਮਹਿਲਾ ਦਿਵਸ ਅਸੀਂ ਮਨਾਇਆ, ਵਿਸਾਖੀ ਦਾ ਤਿਉਹਾਰ ਉਹ ਮਨਾਇਆ, ਅਲੱਗ ਅਲੱਗ ਹੋਲਾ ਮਹੱਲਾ ਵੀ ਉੱਦਾਂ ਇਹ ਮਨਾਉਂਦੇ ਹੋਏ, ਵਿੱਚ ਨੂੰ ਸਾਡੇ 3 ਨੌਜਵਾਨ ਜਦੋਂ ਇਹ ਸਾਰਾ ਆਪਣਾ ਚੱਲ ਰਿਹਾ ਸੀਗਾ ਪ੍ਰੋਸੀਜਰ, ਹਰਿਆਣਾ ਸਰਕਾਰ ਨੇ, ਹਰਿਆਣਾ ਪ੍ਰਸ਼ਾਸਨ ਨੇ 3 ਨੌਜਵਾਨ ਅਰੈਸਟ ਕਰੇ, ਜਿਹ 'ਚ ਨਵਦੀਪ ਜਲਵੇੜਾ, ਗੁਰਕੀਰਤ ਸ਼ਾਹਪਰ ਅਤੇ ਅਨੀਸ਼ ਖੜਕੜ। ਉਹਨਾਂ ਨੂੰ ਛਡਾਉਣ ਲਈ ਸਾਨੂੰ 17 ਤਰੀਕ ਤੋਂ ਰੇਲਵੇ ਸਟੇਸ਼ਨ ਸ਼ੰਭੂ ਟਰੈਕ ਬੰਦ ਕਰਕੇ ਬਹਿਣਾ ਪੈ ਗਿਆ। ਰੇਲਵੇ ਸਟੇਸ਼ਨ ਦੇ ਉੱਤੇ ਅੱਜ 14 ਦਿਨ ਹੋ ਗਏ ਟਰੈਕ ਦੇ ਉੱਤੇ ਬੈਠਿਆਂ ਨੂੰ, ਜੋ ਅੰਦੋਲਨ ਮੋਰਚਾ ਹੁਣ ਰੇਲਵੇ ਸਟੇਸ਼ਨ 'ਤੇ ਚੱਲ ਰਿਹਾ। ਕੱਲ੍ਹ ਨੂੰ 1 ਮਈ ਹੈ ਮਜ਼ਦੂਰ ਦਿਵਸ। ਮੈਂ ਸਾਰੇ ਜਿੰਨੇ ਵੀ ਮੇਰੇ ਵੀਰ ਮਿੱਤਰ ਪਿਆਰੇ ਬੀਬੀਆਂ ਸੁਣਦੇ ਨੇ, ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਜਿੱਦਾਂ ਤੁਸੀਂ ਅੱਜ ਤੱਕ ਮੋਰਚੇ 'ਚ ਵੱਧ ਤੋਂ ਵੱਧ ਸਾਥ ਦਿਆ, ਵੱਧ ਚੜ੍ਹ ਕੇ ਆ ਰਹੇ ਹੋ, ਤੁਹਾਨੂੰ ਸਭ ਨੂੰ ਪਤਾ ਮੋਰਚਾ ਚੜ੍ਹਦੀ ਕਲਾ 'ਚ ਹੈ, ਕਿਉਂਕਿ ਜਿਹੜਾ ਮਜ਼ਦੂਰ ਦਿਵਸ ਆਪਾਂ ਸਾਰੇ ਤਕਰੀਬਨ ਮਜ਼ਦੂਰੀਆਂ ਕਰਦੇ ਹਾਂ, ਚਾਹੇ ਕਿਸਾਨ ਹੈ ਉਹ ਵੀ ਮਜ਼ਦੂਰੀ ਟਾਈਪ ਹੈ, ਖੇਤੀ ਕਰਨੀ ਹੈ, ਕਮਾਉਣਾ ਖਾਣਾ, ਜਿਹੜੇ ਸਾਡੇ ਕੋਈ ਮੰਡੀਆਂ 'ਚ ਕੰਮ ਕਰਦੇ ਆ, ਕੋਈ ਟਰੱਕਾਂ ਵਾਲੇ, ਜਾਂ ਸਾਡੇ ਮਨਰੇਗਾ ਦੇ ਮਜ਼ਦੂਰ ਨੇ, ਕਿਉਂਕਿ ਜਿਹੜਾ ਮੋਰਚੇ 'ਚ ਮੰਗਾਂ ਵੀ ਮਜ਼ਦੂਰਾਂ ਦੀਆਂ ਨਾਲ ਰੱਖੀਆਂ ਹੋਈਆਂ ਨੇ, ਜਿੱਦਾਂ 200 ਦਿਨ ਮਨਰੇਗਾ ਦਾ, ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ, ਪੈਨਸ਼ਨ ਸਕੀਮ ਕਿਸਾਨ ਅਤੇ ਮਜ਼ਦੂਰ ਦੀ, ਵੀ ਉਹਦੇ ਕਰਕੇ ਕਾਫੀ ਮੰਗਾਂ ਨੇ, 4-5 ਮੰਗਾਂ ਜਿਹੜੀਆਂ ਮਜ਼ਦੂਰਾਂ ਨਾਲ ਜੁੜਦੀਆਂ। ਵੀ ਕੱਲ੍ਹ ਨੂੰ ਅਸੀਂ ਦੱਸ ਦਈਏ ਸਰਕਾਰ ਨੂੰ ਵੀ ਕਿਸਾਨ ਅਤੇ ਮਜ਼ਦੂਰ ਸਾਰੇ ਇਕੱਠੇ ਹੈ ਅਤੇ ਇਕੱਠੇ ਰਹਾਂਗੇ। ਵੀ ਇੰਨਾ ਕੁ ਵੱਡਾ ਅਸੀਂ ਕੱਲ੍ਹ ਨੂੰ 1 ਮਈ ਨੂੰ ਇਕੱਠ ਕਰਕੇ ਦਿਖਾ ਦਈਏ ਸ਼ੰਭੂ ਰੇਲਵੇ ਸਟੇਸ਼ਨ 'ਤੇ, ਵੀ ਸਰਕਾਰ ਨੂੰ ਬਿਪਤਾ ਪੈ ਜੇ ਵੀ ਇਹ ਸਾਰੇ ਇੰਨੇ ਜ਼ਿਆਦਾ ਇਕੱਠੇ ਹੋ ਗਏ ਆਪਣੇ ਕੰਮਾਂ ਕਰੋ, ਵਿਹਲੇ ਹੋ ਗਏ ਆ ਕੇ, ਵੀ ਆਉਣ ਵਾਲੇ ਦਿਨਾਂ 'ਚ ਇਕੱਠ ਵਧੂਗਾ। ਅਤੇ ਮੈਂ ਅਪੀਲ ਕਰਦਾ, ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿੰਨਾ ਵੱਧ ਤੋਂ ਵੱਧ ਹੋ ਸਕੇ ਤੁਸੀਂ ਰੇਲਵੇ ਸਟੇਸ਼ਨ ਸ਼ੰਭੂ ਕੱਲ੍ਹ ਨੂੰ 1 ਮਈ ਨੂੰ ਮਜ਼ਦੂਰ ਦਿਵਸ 'ਤੇ ਸਵੇਰੇ 10 ਵਜੇ ਨੂੰ ਪਹੁੰਚੋ, ਤਾਂ ਕਿ ਜਿਹੜੇ ਉੱਥੇ ਬੁਲਾਰੇ ਆਉਣਗੇ ਉਹਨਾਂ ਦੇ ਆਪਾਂ ਵਿਚਾਰ ਸੁਣ ਸਕੀਏ ਅਤੇ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਜਿਹੜਾ ਮਜ਼ਦੂਰ ਦਿਵਸ ਹੈ, ਮਜ਼ਦੂਰ ਦਿਹਾੜਾ, ਇਹਨੂੰ ਮਨਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।